ਸ਼ਾਸੀ ਗਾਲੀ ਸਾਰਿਆਂ ਨੂੰ ਇੱਕ ਵਾਰ ਫੇਰ ਆਇਆ ਤੁਹਾਡੇ ਲਈ ਇੱਕ ਬਹੁਤ ਹੀ ਇਨਫੋਰਮੇਟਿਵ ਵੀਡੀਓ ਲੈ ਕੇ ਦੋਸਤੋ ਪੰਜਾਬ ਪੁਲਿਸ ਸਿਪਾਹੀ ਭਰਤੀ ਦੀ ਐਗਜ਼ਾਮ ਡੇਟ ਨੇੜੇ ਆ ਰਹੀ ਆ ਸੋ ਦੋਸਤੋ ਜੋ ਆਪਣੇ ਟੋਕੀਓ ਵਿੱਚ 올림픽 ਖੇਡਾਂ ਹੋਇਆ ਸੀ ਠੀਕ ਹੈ ਜੀ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਠੀਕ ਹੈ ਜੀ ਰੋਲ ਅਦਾ ਕਰ ਰਹੀਆਂ ਪੇਪਰ ਵਿੱਚ ਠੀਕ ਹੈ ਜੀ ਉਹਨਾਂ ਵਿੱਚੋਂ ਪੇਪਰ ਵਿੱਚ ਪ੍ਰਸ਼ਨ ਲਗਭਗ 4 ਜਾਂ 5 ਨੰਬਰ ਦੇ ਜਿਹੜੇ ਪ੍ਰਸ਼ਨ ਆਪਾਂ ਨੂੰ ਪੁੱਛੇ ਜਾਣਗੇ ਠੀਕ ਹੈ ਜੀ ਸੋ ਦੋਸਤੋ ਉਸ ਹਿਸਾਬ ਨਾਲ ਮੈਂ ਠੀਕ ਹੈ ਜੀ ਕੋਚ ਦੇ ਪ੍ਰਸ਼ਨ ਲੈਟਲੀ ਲੈ ਕੇ ਆਏ ਦੋਸਤੋ ਬਹੁਤ ਹੀ ਜਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਠੀਕ ਹੈ ਜੀ ਮੈਂ ਸੂਚੀ ਬਣਾਈਆ ਉਹਨਾਂ ਟੋਕੀਓ 올림픽 ਖੇਡਾਂ ਵਿੱਚ ਜਿਹੜੇ ਸਾਰੇ ਸ਼ਾਂਟ ਕੇ ਠੀਕ ਹੈ ਜੀ ਜਿੰਨੇ ਆਪਾਂ ਨੂੰ ਪੁੱਛੇ ਜਾ ਸਕਦੇ ਆ ਸੋ ਦੋਸਤੋ ਧਿਆਨ ਨਾਲ ਧਿਆਨ ਨਾਲ ਠੀਕ ਹੈ ਵੀਡੀਓ ਵੇਖਣੀ ਆਪਾਂ ਠੀਕ ਹੈ ਜੀ ਸ਼ੁਰੂ ਕਰਦੇ ਆਪਾਂ ਪਹਿਲੇ ਪ੍ਰਸ਼ਨ ਤੋਂ ਸੋ ਦੋਸਤੋ ਆਪਣੀ ਸਕਰੀਨ ਦੇ ਪਹਿਲੇ ਪ੍ਰਸ਼ਨ ਦੇਗਾ ਜੀ ਹਾਜ਼ਰਾ ਟੋਕੀਓ 올림픽 ਖੇਡਾਂ ਦਾ ਸ਼ੋਭੰਕਰ ਕੀ ਹੈ ਠੀਕ ਹੈ ਜੀ ਇਹ ਸ਼ਬਦ ਹੁੰਦਾ ਹੈ ਇੱਕ ਟੋਕੀਓ 올림픽 ਦਾ ਠੀਕ ਹੈ ਜੀ ਖੇਡਾਂ ਦਾ ਸ਼ੋਭੰਕਰ ਰਹੇਗਾ ਸਰਾਇ ਤੋਵਾ ਤੁਸੀਂ ਯਾਦ ਸ਼ੇਰਾਈ ਤੋਂ ਵਟੇ ਤੁਸੀਂ ਜੇ ਯਾਦ ਨਹੀਂ ਰੱਖਣ ਦੋਸਤੋ ਸਕਰੀਨ ਸ਼ਾਟ ਖਤਤੀ ਜੇ ਆਪਦੇ ਮੋਬਾਈਲ 'ਚ ਰੱਖ ਤੁਸੀਂ ਜਿਹਾ ਸੀਗਾ ਸੇਵ ਤੁਸੀਂ ਕਰ ਸਕਦੇ ਹੋ ਅਗੇ ਦੋਸਤੋ ਦੂਜਾ ਪ੍ਰਸ਼ਨ ਟੋਕੀਓ 올림픽 ਖੇਡਾਂ ਦਾ ਆਦਰਸ਼ ਵਾਕ ਕੀ ਹੈ ਠੀਕ ਹੈ ਜੀ ਠੀਕ ਹੈ ਜੀ ਆਪਣਾ ਬਾਗੇਗਾ ਜੀ ਯੂਨਾਈਟਿਡ ਬਾਏ ਇਮੋਸ਼ਨ ਠੀਕ ਹੈ ਜੀ ਇਹ ਆਪਣਾ ਬਾਖ ਸੀਗਾ ਟੋਕੀਓ 올림픽 ਖੇਡਾਂ ਦਾ ਅਗੇ ਦੋਸਤੋ ਥਰਡ ਟੋਕੀਓ 올림픽 ਖੇਡਾਂ ਵਿੱਚ ਭਾਰਤ ਨੇ ਕਿੰਨੇ ਮੈਡਲ ਜਿੱਤੇ ਹਨ ਦੋਸਤੋ ਮੋਸਟ ਇੰਪੋਰਟੈਂਟ ਪ੍ਰਸ਼ਨ ਠੀਕ ਹੈ ਜੀ ਪੱਕਾ ਯਾਦ ਕਰ ਲਿਓ 7 ਮੈਡਲ ਜਿੱਤੇ ਨੇ ਭਾਰਤ ਨੇ ਠੀਕ ਹੈ ਜੀ 골ਡ ਠੀਕ ਹੈ ਜੀ ਸੋਨੇ ਦਾ ਇੱਕ ਮੈਡਲ ਚਾਂਦੀ ਦਾ ਠੀਕ ਹੈ ਜੀ ਦੋ ਅਤੇ ਦੋਸਤੋ ਕਾਂਸੇ ਦਾ 4 ਠੀਕ ਟੋਟਲ ਲਾ ਕੇ ਦੋਸਤੋ ਆਪਣੇ 7 ਮੈਡਲ ਆਪਣਾ ਜਿੱਤੇ ਨੇ 올림픽 ਵਿੱਚ ਠੀਕ ਹੈ ਜੀ ਅੱਗੇ ਦੋਸਤੋ ਨੀਰਜ ਚੋਪੜਾ ਦਾ ਵਰਲਡ ਰੈਂਕ ਕੀ ਹੈ ਨੀਰਜ ਚੋਪੜਾ ਠੀਕ ਹੈ ਜੀ ਵਰਲਡ ਰੈਂਕ ਇਹਨਾਂ ਦਾ ਕੀ ਹੈਗਾ ਦੂਜੇ ਨੰਬਰ ਤੇ ਹੈ ਠੀਕ ਹੈ ਜੀ ਇਹਨਾਂ ਵਰਲਡ ਵਿੱਚੋਂ ਸਾਰੇ ਇਹਨਾਂ ਰੈਂਕ ਹੈ ਠ ਓਲੰਪਿਕ ਖੇਡਾਂ 2024 ਦੀ ਮੇਜਬਾਨੀ ਕਿਹੜਾ ਦੇਸ਼ ਕਰੇਗਾ ਠੀਕ ਹੈ ਜੀ ਮੰਨ ਲਓ ਓਲੰਪਿਕ ਖੇਡਾਂ 2024 ਕਿੱਥੇ ਆਯੋਜਿਤ ਕਰੀਆਂ ਜਾਣਗੀਆਂ ਠੀਕ ਹੈ ਜੀ ਇਹਗਾ ਪੈਰਿਸ ਇਹ ਦੋਸਤੋ ਫਰਾਂਸ ਵਿੱਚ ਪੈਂਦਾ ਅੱਗੇ ਜੋ ਨੀਰਜ ਚੋਪੜਾ ਕਿਸ ਖੇਡ ਨਾਲ ਸੰਬੰਧ ਰੱਖਦੇ ਹਨ ਸੋ ਦੋਸਤੋ ਤੁਹਾਨੂੰ ਸਾਨੂੰ ਪਤਾ ਹੋਣਾ ਚਾਹੀਦਾ ਗੱਲ ਠੀਕ ਹੈ ਜੀ ਇਹ ਇਹਦੇ ਤੋਂ ਤੁਹਾਨੂੰ ਸੰਬੰਧ ਨਾਲ ਨੇ ਜੈਵਲਨ ਥਰੋ ਨਾ ਠੀਕ ਹੈ ਜੀ ਜੋ ਆਪਣਾ ਉਹ ਭਾਲਾਇਆ ਹੁੰਦਾ ਠੀਕ ਹੈ ਜੀ ਜੈਵਲਨ ਥਰੋ ਅੱਗੇ ਦੋਸਤੋ ਨੀਰਜ ਚੋਪੜਾ ਦਾ ਵਰਕ ਵਰਲਡ ਰੈਂਕ ਕੀ ਹੈ ਠੀਕ ਹੈ ਜੀ ਦੂਸਰਾ ਰਿਪੀਟ ਅੱਗੇ ਦੋਸਤੋ ਪੀਵੀਐ ਸਿੱਧੂ ਕਿਸ ਕਿਹੜੀ ਖੇਡ ਨਾਲ ਸੰਬੰਧਿਤ ਹੈ ਬੈਡਮਿੰਟਨ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਠੀਕ ਹੈ ਜੀ ਆਪ ਨੂੰ ਪੁੱਛਿਆ ਜਾਂਦਾ ਐਗਜ਼ਾਮ ਵਿੱਚ ਠੀਕ ਹੈ ਜੀ ਕੇਪੀਬੀ ਸਿੰਧੂ ਕਿਹੜੀ ਖੇਡ ਨਾਲ ਸੰਬੰਧ ਰੱਖਦੀ ਹੈ ਠੀਕ ਹੈ ਜੀ ਆਪਣਾ ਬੈਡਮਿੰਟਨ ਆ ਇਹ ਅੱਗੇ ਦੋਸਤੋ ਟੋਕੀਓ 올ੰਪਿਕ ਖੇਡਾਂ ਵਿੱਚ ਪੀਵੀਐ ਸਿੱਧੂ ਨੇ ਕਿਹੜਾ ਮੈਡਲ ਜਿੱਤਿਆ ਹੈ ਦੋਸਤੋ ਜਿੱਤਿਆ ਕਾਂਸੇ ਦਾ ਮੈਡਲ ਜਿੱਤਿਆ ਨੇ ਠੀਕ ਹੈ ਜੀ ਪੀਵੀਐ ਸਿੱਧੂ ਨੇ ਸਿੰਧੂ ਨੇ ਠੀਕ ਹੈ ਜੀ ਰਵੀ ਕੁਮਾਰ ਦਹੀਆ ਕਿਹੜੀ ਖੇਡ ਨਾਲ ਸੰਬੰਧ ਰੱਖਦੇ ਨੇ ਇਹ ਦੋਸਤ ਕੋਸਟੀਨਾ ਅਗੇ ਦੋਸਤੋ 올림픽 ਖੇਡਾਂ ਦੇ ਚੈਨ ਵਿੱਚ ਕਿੰਨੇ ਛੱਲੇ ਹੁੰਦੇ ਹਨ ਇਸ ਦਾ ਦੋਸਤੋ ਰਾਈਟ ਆਨਸਰ ਆਏਗਾ 5 ਛੱਲੇ ਹੁੰਦੇ ਹਨ ਅਗੇ ਦੋਸਤੋ ਭਾਰਤੀ ਹਾਕੀ ਟੀਮ ਨੇ ਕਿੰਨੇ ਸਾਲ ਬਾਅਦ 올림픽 ਖੇਡਾਂ ਵਿੱਚ ਮੈਡਲ ਜਿੱਤਿਆ ਹੈ ਦੋਸਤੋ 41 ਸਾਲ ਬਾਅਦ ਆਪਣੀ ਜੋ ਭਾਰਤੀ ਹਾਕੀ ਟੀਮ ਆ ਉਹਨੇ 올림픽 ਖੇਡਾਂ ਵਿੱਚ ਮੈਡਲ ਜਿੱਤਿਆ ਹੈ ਅਗੇ ਦੋਸਤੋ ਰਵੀ ਕੁਮਾਰ ਦਈਆ ਨੇ ਕਿਹੜਾ ਮੈਡਲ ਜਿੱਤਿਆ ਹੈ ਇਸ ਦਾ ਦੋਸਤੋ ਰਾਈਟ ਆਨਸਰ ਹੋਏਗਾ ਕਾਂਸੇ ਦਾ ਮੈਡਲ ਜਿੱਤਿਆ ਉਹਨਾਂ ਨੇ ਅਗੇ ਦੋਸਤੋ ਮੀਰਾ ਬਾਈ ਚਾਨੂ ਕਿਹੜੀ ਖੇਡ ਖੇੜਦੇ ਹਨ ਇਹ ਦੋਸਤੋ weightlifter ਨੇ ਜਾਨਕੀ ਦੋਸਤੋ ਇਹ ਭਾਰ ਚੁੱਕਣਾਂ ਜੋ ਖੇਡ ਹੁੰਦੀ ਆ ਉਸ ਵਿੱਚੇ ਹਿੱਸਾ ਲੈਂਦੇ ਨੇ ਅੱਗੇ ਦੋਸਤੋ 15ਵਾਂ ਪ੍ਰਸੰਤ 올림픽 ਖੇਡਾਂ ਵਿੱਚ ਕਿਹੜੇ ਦੇਸ਼ ਨੇ ਸਭ ਤੋਂ ਜ਼ਿਆਦਾ ਮੈਡਲ ਜਿੱਤੇ ਹਨ ਦੋਸਤੋ ਲਿਖ ਕੇ ਲੈ ਲਓ ਮੋਸਟਲੀ ਜ਼ਿਆਦਾ ਇੰਪੋਰਟੈਂਟ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪ੍ਰਸੰਤ ਠੀਕ ਹੈ ਜੀ ਅਮਰੀਕਾ ਨੇ ਜਿੱਤੇ ਨੇ ਸਭ ਤੋਂ ਜ਼ਿਆਦਾ ਅੱਗੇ ਦੋਸਤੋ 올림픽 ਖੇਡਾਂ ਕਿੰਨੇ ਸਾਲ ਬਾਅਦ ਆਯੋਜਿਤ ਕਰਵਾਏ ਜਾਂਦੇ ਹਨ ਦੋਸਤੋ ਇਹ ਬੋਰਡਰ ਨਹੀਂ ਹੈਗਾ ਠੀਕ ਹੈ ਜੀ ਫਿਰ ਵੀ ਤੁਸੀਂ ਇੱਕ ਗੱਲ ਸੁਣ ਲਓ 4 ਸਾਲ ਬਾਅਦ ਆਪਣੀਆਂ ਜੋ 올림픽 ਖੇਡਾਂ ਨਿਕ ਜੀ ਉਹ ਹੁੰਦੀਆਂ ਨੇ ਅੱਗੇ ਦੋਸਤੋ ਟੋਕੀਓ 올림픽 2020 ਕਿੰਨਾ 올림픽 ਆ ਦੋਸਤੋ ਕਿੰਨੀਆਂ ਖੇਡਾਂ ਨਹੀਂ ਆ ਠੀਕ ਹੈ ਕਿੰਨੇ ਵਾਰ ਪਹਿਲਾਂ ਮਤਲਬ ਹੋ ਚੁੱਕੀਆਂ ਨੇ ਤੇ ਇਹ ਆਪਣਾ 32ਵੀਆਂ ਜੋ ਆਪਣਾ ਕਿੰਨਾ 올ੰਪਿਕ ਹੈ ਦੋਸਤੋ ਇਹ ਦੋਸਤ ਦੋਸਤੋ ਮਾਫ ਕਰ ਲੈ ਗਲਤ ਹੋ ਗਿਆ ਜੀ 32ਵਾਂ ਆਪਣਾ ਜੋ 올ੰਪਿਕ ਆ ਹੈ ਅੱਗੇ ਜੋ ਟੋਕੀਓ 올ੰਪਿਕ ਖੇਡਾਂ ਕਿੰਨੇ ਦਿਨਾਂ ਤੱਕ ਚੱਲੀਆਂ ਠੀਕ ਹੈ ਜੀ ਕਿੰਨੇ ਦਿਨ ਮਤਲਬ ਖੇਡਿਆ ਆਪਣੀਆਂ ਚੱਲੀਆਂ ਸੀਗੀਆਂ ਦੋਸਤੋ ਇਹ ਕਾ 15 ਤੋਂ ਛੋੜਾ ਦਿੰਦਾ ਠੀਕ ਹੈ ਜੀ ਇਹ ਆਪਣਾ ਆਪਸ਼ਨ ਮੇਜ 16 ਆਪਸ਼ਨ ਮਿਲ ਜਾ ਕਲੀ ਤਾਂ ਦੋਸਤੋ 16 ਲਾਇਓ ਠੀਕ ਆ ਆਪਣੀ 16 ਅੱਗੇ ਦੋਸਤੋ ਟੋਕੀਓ 올림픽 ਕਦੋਂ ਸ਼ੁਰੂ ਹੋਇਆ ਸੀਗਾ ਦੋਸਤੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਆ 23 ਜੁਲਾਈ 2021 ਨੂੰ ਸ਼ੁਰੂ ਹੋਇਆ ਸੀ ਅੱਗੇ ਦੋਸਤੋ ਟੋਕੀਓ 올림픽 ਕਦੋਂ ਖਤਮ ਹੋਇਆ ਦੋਸਤੋ ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਠੀਕ ਹੈ ਜੀ ਖਤਮ ਹੋਇਆ ਤਾਂ ਸ਼ੁਰੂ ਹੋਇਆ ਦੋਸਤੋ ਇਹ ਦੋਮੀ ਕਰ ਲਓ ਕਿ ਜਿਹਾ ਠੀਕ ਧੰਨਵਾਦ ਸਰ ਨੇ ਵੀਡੀਓ ਵੇਖਣ ਲਈ ਠੀਕ ਹੈ ਜੀ ਬਣੇਓ ਚੈਨਲ ਦੇ ਨਾਂ ਕੈਨਨ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੈਲ ਆਈਕਨ ਜਰਪਸ ਕਰ ਦਿਓ ਧੰਨਵਾਦ ਸਰ ਦਾ ਵੀਡੀਓ ਵੇਖਣ ਲਈ